ਅੱਛਾ ਅਸ਼ਕ ਭਾਈ, ਇਹਦੇ 'ਚ ਲੋਕ ਨਮਕ ਵੀ ਕੋਈ ਪਾਉਂਦੇ ਨੇ, ਕੋਈ ਸਪਰੇਅ ਹੁੰਦਾ ਜਿਹੜਾ ਕਰ ਦਿੰਦੇ ਨੇ ਕਿ ਜਲਦੀ ਤਿਆਰ ਹੋ ਜਾਂਦਾ, ਤੁਸੀਂ ਇਹਦੇ 'ਚ ਕੋਈ ਨਮਕ ਕੋਈ ਸਪਰੇਅ ਜਾਂ ਤੁਸੀਂ ਇਹਨੂੰ ਸਾਦਾ ਫਰੈਸ਼ ਤਿਆਰ ਕਰ ਰਹੇ, ਕਿਸ ਤਰੀਕੇ ਕਰ ਰਹੇ? ਇਸ ਨਾ ਗੱਠਾ ਬਣਾਉਂਦੇ ਨੇ ਸੇਲ ਕਰਨ ਵਾਲੇ, ਉਹ ਪਾਉਂਦੇ ਨੇ ਕੋਈ ਕੈਮੀਕਲ ਹੁੰਦਾ ਹੈਗਾ ਅਤੇ ਉਹ ਫੌਰੀ ਤਿਆਰ ਹੋ ਜਾਂਦਾ ਹੈਗਾ। ਅਸੀਂ ਇਹਦੇ 'ਤੇ ਸਿਰਫ ਨਮਕ ਲਾਵੀਦਾ ਹੈਗਾ ਅਤੇ ਉੱਪਰ ਲਾਵੀਦਾ ਨਮਕ ਜਾਂ ਨੀਚੇ ਨਮਕ ਲਾਈਦਾ ਹੈ, ਉਹਦੇ ਵਾਸਤੇ ਲਾਈਦਾ ਗੁਜਰਾਸੀ ਮਾਸ। ਇਸ ਤਰੀਕੇ ਇਹ ਕਰੈਸ਼ ਹੋ ਗਈ, ਇਹ ਮਸ਼ੀਨ ਦੇ ਜ਼ਰੀਏ ਕਰੈਸ਼ ਹੋ ਗਈ। ਹੁਣ ਇਹਦੇ ਤੁਸੀਂ ਮੁਸਲਸਲ ਟਰੈਕਟਰ ਚੜਾਇਆ ਹੋਇਆ, ਟਰੈਕਟਰ ਇਹਨੂੰ ਲਤਾੜ ਰਿਹਾ, ਇਹਦਾ ਕੀ ਮਕਸਦ ਹੈ? ਇਹਦਾ ਇਹ ਮਕਸਦ ਹੈ, ਇਹ ਗੜਾ ਨਾ ਸਲਜ ਸਾਲ ਵੀ ਪਿਆ ਰਹੇ, ਖਰਾਬ ਨਹੀਂ ਹੋਵੇ, ਤਾਂ ਇਹਦੇ 'ਚ ਹਵਾ ਨਹੀਂ ਰਹਿਣੀ ਚਾਹੀਦੀ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹੂੰ ਆਪਕਾ ਮੇਜ਼ਬਾਨ ਇਨਾਮ ਅਨਸਾਰੀ, ਯੂਨੀਵਰਸਲ ਟੋਪਿਕਸ ਹੈ। ਆਜ ਕੀ ਵੀਡੀਓ ਕੇ ਅੰਦਰ ਭਾਈਓਂ ਕੋ ਸੈਲੇਜ ਬਣਾਨੇ ਕਾ ਸਹੀ ਤਰੀਕਾ ਦਿਖਾਇਆ ਜਾਏਗਾ, ਬਿਤਾਇਆ ਜਾਏਗਾ। ਮੇਰੇ ਪਾਸ ਇਸ ਵਕਤ ਜੋ ਭਾਈ ਖੜੇ ਹੈ, ਜੇ ਮਾਸ਼ਾਅੱਲਾ ਆਪਣੀ ਖੁਰਾਕ ਆਪਣੇ ਜਾਨਵਰੋਂ ਕੇ ਲੀਏ ਜੋ ਖੁਰਾਕ ਹੈ ਵੋ ਖੁਦ ਤਿਆਰ ਕਰਤੇ ਹੈ। ਸੈਲੇਜ ਬੈਕ ਸਾਈਡ ਪੇ ਆਪਕੋ ਨਜ਼ਰ ਆ ਰਿਹਾ ਹੈ, ਤਿਆਰ ਹੋ ਰਿਹਾ ਹੈ। ਇਸਕੇ ਇਲਾਵਾ ਯੂਰੀਆ ਟ੍ਰੀਟਡ ਤੂੜੀ ਵੀ ਯੇ ਖੁਦ ਤਿਆਰ ਕਰਤੇ ਹੈ, ਉਸਕੇ ਇਲਾਵਾ ਆਪਣੇ ਜਾਨਵਰੋਂ ਕੇ ਲੀਏ ਵੰਡਾ ਵੀ ਖੁਦ ਤਿਆਰ ਕਰਤੇ ਹੈ। ਤੋ ਭਾਈ ਕੇ ਪਾਸ ਜਾਏਂਗੇ, ਯੇ ਕਾਮਯਾਬ ਫਾਰਮਿੰਗ ਕਰ ਰਹੇ ਹੈ ਬੜੇ ਲੈਵਲ ਪਰ, ਇਨਸੇ ਪੁੱਛੇਂਗੇ ਕਿ ਸੈਲੇਜ ਕਿਸ ਤਰ੍ਹਾਂ ਬਣਾਇਆ ਜਾਤਾ ਹੈ, ਔਰ ਵੰਡਾ ਜੋ ਹੈ ਉਸਕੇ ਹਵਾਲੇ ਸੇ ਵੀ ਬਾਤ ਕਰੇਂਗੇ, ਯੂਰੀਆ ਟ੍ਰੀਟਡ ਤੂੜੀ ਕੇ ਵੀ ਹਵਾਲੇ ਸੇ ਬਾਤ ਕਰੇਂਗੇ। ਮੇਰੀ ਆਪ ਭਾਈਓਂ ਸੇ ਗੁਜ਼ਾਰਿਸ਼ ਹੈ ਕਿ ਵੀਡੀਓ ਕੋ ਮੁਕੰਮਲ ਦੇਖੀਏਗਾ, ਵੀਡੀਓ ਕੋ ਸਕਿਪ ਨਾ ਕੀਜੀਏਗਾ, ਤਾਂ ਕਿ ਆਪ ਭਾਈਓਂ ਕੋ ਫਾਰਮਿੰਗ ਮੇ ਆਸਾਨੀ ਪੈਦਾ ਹੋ, ਔਰ ਆਪਕੇ ਜੋ ਸਵਾਲਾਤ ਹੈ ਉਨਕੇ ਜਵਾਬਾਤ ਆਪ ਭਾਈਓਂ ਕੋ ਮਿਲ ਸਕੇ। ਤੋ ਭਾਈ ਕੇ ਪਾਸ ਚਲਤੇ ਹੈ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅਸ਼ਕ ਭਾਈ ਕੀ ਹਾਲ ਹੈ ਜੀ? ਨਾਮ ਭਾਈ ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ। ਅੱਛਾ ਅਸ਼ਕ ਭਾਈ, ਮਾਸ਼ਾਅੱਲਾ ਤੁਸੀਂ ਆਪਣਾ ਸੈਲੇਜ ਬਣਾ ਰਹੇ ਜੇ, ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿੰਨੇ ਏਕੜ ਦਾ ਸੈਲੇਜ ਬਣਾ ਰਹੇ ਜੇ? ਇਹ ਜੀ 15 ਏਕੜ ਦਾ ਹੋ ਗਿਆ ਤਿਆਰ ਸਾਡਾ, ਇਹ 25 ਕੁ ਏਕੜ ਦਾ ਅਸੀਂ ਬਣਾਈਦਾ ਹੈਗਾ, ਤਕਰੀਬਨ 15 ਏਕੜ ਦਾ ਬਕਾਇਆ ਹੋਰ ਹਲੇ ਸਾਡਾ ਬਾਹਰੋਂ ਮੱਕੀ ਆ ਰਹੀ ਹੈ, ਉਸ ਤੋਂ ਬਾਅਦ ਹੋਰ ਵੀ ਚੌਪ ਆਉਣਾ ਹੈ, ਡੇਲੀ ਚੌਪ ਕਰੀਦਾ, ਡੇਲੀ ਸੈਲੇਜ ਬਣਾਵੀਦਾ। ਅੱਛਾ ਅਸ਼ਕ ਭਾਈ, ਇਹ ਦੱਸਿਆ ਮੱਕੀ ਤੁਸੀਂ ਖਰੀਦੀ ਹੈ ਜਾਂ ਖੁਦ ਕਾਸ਼ ਕੀਤੀ? ਨਹੀਂ ਨਹੀਂ, ਮੱਕੀ ਖੜੀ ਖੜਾਈ ਖਰੀਦੀ ਹੈ, ਉਸ ਬਾਅਦ ਖਰੀਦ ਤੇ ਬਾਹਰੋਂ ਲਿਆ ਤੇ ਉਸ ਤੋਂ ਬਾਅਦ ਅਸੀਂ ਇੱਥੇ ਬਣਾਈਦਾ ਚੌ। ਅੱਛਾ, ਕੀ ਰੇਟ ਮੱਕੀ ਬਾਹਰੋਂ ਖੜੀ ਖੜਾਈ ਖਰੀਦੀ? ਖੜੀ ਖੜਾਈ ਮੱਕੀ ਕਿਹੜੀ ਹੈ ਨਾ, 70,000 ਦਾ ਏਕੜ ਮਿਲ ਗਿਆ, 80,000 ਦਾ ਏਕੜ ਮਿਲ ਗਿਆ, ਇਸ 'ਤੇ ਮੁਖਤਲਫ ਏਕੜ ਦੇ ਹਿਸਾਬ ਨਾਲ ਕੋਈ ਹਲਕੀ ਹੁੰਦੀ ਹੈ, ਕੋਈ ਅੱਛੀ ਹੁੰਦੀ ਹੈ, ਇਸ ਤਰੀਕੇ। ਅੱਛਾ ਅਸ਼ਕ ਭਾਈ, ਇਹਦੀ ਤਿਆਰੀ ਦੇ ਹਵਾਲੇ ਨਾਲ ਗੁਫਤਗੂ ਕਰਾਂਗੇ ਕਿ ਕਿਵੇਂ ਬਣਾਇਆ ਜਾਂਦਾ, ਉਸ ਤੋਂ ਪਹਿਲੇ ਮੈਨੂੰ ਥੋੜ੍ਹਾ ਜਿਹਾ ਇਹ ਆਈਡੀਆ ਦੇ ਦਿਓ, ਫੀ ਕਿਲੋ ਇਸ ਸੈਲੇਜ ਤੁਹਾਨੂੰ ਕਿੰਨੇ 'ਚ ਤਿਆਰ ਹੋ ਕੇ ਪੈਂਦਾ? ਜੀ, ਫੀ ਕਿਲੋ ਆਪਣਾ ਸੈਲੇਜ ਇਹ ਸਾਨੂੰ 5 ਰੁਪਏ ਕਿਲੋ ਪੈ ਰਿਹਾ, ਤਾਂ ਬਾਜ਼ਾਰੋਂ ਸੈਲੇਜ ਉਹ 10-12 ਰੁਪਏ ਕਿਲੋ ਵਿਕਦਾ ਹੈ, ਉਹ 12 ਨਹੀਂ ਖਾਂਦਾ। ਇਸੇ ਵਾਸਤੇ ਅਸੀਂ ਆਪਣਾ ਸੈਲੇਜ ਬਣਾਈਦਾ, ਆਪਣੀ ਮਸ਼ੀਨ ਲਿਆਂਦੀ ਸੈਲੇਜ ਵਾਲੀ, ਅਤੇ ਉਹਦੇ 'ਤੇ ਆਪਣਾ ਸੈਲੇਜ ਬਣਾਈਦਾ। ਅੱਛਾ ਜੀ, ਤੁਹਾਨੂੰ ਪਿੱਛੇ ਸੈਲੇਜ ਤਿਆਰ ਹੁੰਦਾ ਨਜ਼ਰ ਵੀ ਆ ਰਿਹਾ, ਮਸ਼ੀਨ ਵੀ ਭਾਈਰਾਂ ਨੇ ਆਪਣੀ ਰੱਖੀ ਹੈ ਜੈਸਾ ਕਿ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ। ਅੱਛਾ ਅਸ਼ਕ ਭਾਈ, ਮੈਨੂੰ ਇਹ ਦੱਸਿਆ ਜੇ ਸੈਲੇਜ ਤਿਆਰ ਕਰਨ ਦਾ ਕੀ ਤਰੀਕਾ ਹੈ, A to Z ਮੁਕੰਮਲ ਡਿਟੇਲ ਥੋੜ੍ਹੀ ਜਿਹੀ ਦਿਆ ਜੇ। ਚੱਲ, ਜਦੋਂ ਮੱਕੀ ਕਿਹੜੀ ਹੈ ਨਾ, ਇਹ ਦੋਧੀਆ ਹੋ ਜਾਂਦੀ ਹੈ, ਦੋਧੀਆ ਪੱਕੀ ਪੱਕਣੀ ਨਹੀਂ ਚਾਹੀਦੀ। ਤੁਸੀਂ ਮੱਕੀ ਦੀ ਕਿਹੜਾ ਨਾ ਦਾਣਾ ਦੋਧੀਆ ਹੋ ਜਾਂਦਾ, ਉਸ ਟਾਈਮ ਤੁਸੀਂ ਉਹਨੂੰ ਕਟਾਈ ਕਰ ਦਿਓ, ਕਟਾਈ ਕਰਦੇ ਆਪਣਾ ਸੈਲੇਜ ਬਣਾ ਲਓ। ਅੱਛਾ, ਸੈਲੇਜ ਬਣਾਉਣ ਦਾ ਤਰੀਕਾ ਕੀ? ਮਕਈ ਕਟਾਈ ਕਰ ਲਈ, ਉਸ ਤੋਂ ਬਾਅਦ ਮਸ਼ੀਨ ਤੁਹਾਡੇ ਕੋਲ ਸੈਲੇਜ ਵਾਲੀ ਹੈਗੀ, ਮਸ਼ੀਨ ਦੇ ਵਿੱਚ ਇਹਨੂੰ ਕਰਸ਼ ਕਰ ਲਿਆ, ਇਹਨੂੰ ਬਰੀਕ ਕਰ ਲਿਆ, ਇਸ ਤਰੀਕੇ ਇਹ ਕਰੈਸ਼ ਹੋ ਗਈ, ਇਹ ਮਸ਼ੀਨ ਦੇ ਜ਼ਰੀਏ ਕਰੈਸ਼ ਹੋ ਗਈ। ਹੁਣ ਇਹਦੇ ਤੁਸੀਂ ਮੁਸਲਸਲ ਟਰੈਕਟਰ ਚੜਾਇਆ ਹੋਇਆ, ਟਰੈਕਟਰ ਇਹਨੂੰ ਲਤਾੜ ਰਿਹਾ, ਇਹਦਾ ਕੀ ਮਕਸਦ ਹੈ? ਇਹਦਾ ਇਹ ਮਕਸਦ ਹੈ, ਇਹ ਗੜਾ ਨਾ ਸਲਜ ਸਾਲ ਵੀ ਪਿਆ ਰਹੇ, ਖਰਾਬ ਨਹੀਂ ਹੋਵੇ, ਤਾਂ ਇਹਦੇ 'ਚ ਹਵਾ ਨਹੀਂ ਰਹਿਣੀ ਚਾਹੀਦੀ, ਇਹਨਾਂ ਨੂੰ ਇੰਨਾ ਪ੍ਰੈਸ ਕਰਨਾ, ਹਵਾ ਨਹੀਂ। ਉੱਪਰ ਫਿਰ ਇਹਦੇ 'ਤੇ ਨਾ ਇਹ ਛੋਪਰ ਨਜ਼ਰ ਆ ਰਿਹਾ,
ਛੋਪਰ ਇਹਦੇ ਉੱਤੇ ਡਾਂਪ ਦੇਣਾ ਹੈ, ਛੋਪਰ ਡਾਂਪ ਦੇ ਉੱਤੇ ਮਿੱਟੀ ਵਗੈਰਾ ਪਾ ਦੇਣੀ, ਇਹਨੂੰ ਹਵਾ ਨਹੀਂ ਲੱਗਣੀ ਚਾਹੀਦੀ, ਫਿਰ ਪੂਰਾ ਸਾਲ ਇਸਤੇਮਾਲ ਕਰੋ, 2 ਸਾਲ ਇਸਤੇਮਾਲ ਕਰੋ, ਇਹ ਤੁਹਾਡਾ ਇਸਤੇਮਾਲ ਹੁੰਦਾ ਰਹਿੰਦਾ, ਇਹ ਇੱਕ ਖੁਰਾਕ ਮਹਿਫੂਜ਼ ਹੋਗੀ। ਅੱਛਾ ਆਸ਼ਕ ਬਾਈ, ਸੈਲੇਜ ਦੇ ਉੱਤੇ ਤੁਸੀਂ ਛਾਪਰ ਪਾਉਣਾ ਜ਼ਰੂਰ ਹੈ, ਇਹਦੇ ਥੱਲੇ ਵੀ ਮੈਨੂੰ ਲੱਗ ਰਿਹਾ ਕਿ ਸੈਲੇਜ ਦੇ ਥੱਲੇ ਵੀ ਛਾਪ ਰਿਹਾ, ਦੇਖ ਥੱਲੇ ਵੀ ਸੈਲੇਜ ਕੇ ਉੱਪਰ ਵੀ, ਥੱਲੇ ਵੀ ਛੋਪਰ ਹੈ ਉੱਪਰ ਵੀ ਛੋਪਰ ਹੈ, ਇਹਨੂੰ ਪੈਕ ਕਰ ਦੇਣਾ, ਇਹਨੂੰ ਪ੍ਰੈਸ ਜਿੰਨਾ ਜ਼ਿਆਦਾ ਕਰਾਂਗੇ ਓਨਾ ਇਹਦੀ ਮਿਆਰ ਵੱਧ ਜਾਏਗਾ, ਓਨੀ ਕੁਆਲਿਟੀ ਵੱਧ ਜਾਏਗੀ, ਔਰ ਖਰਾਬ ਹੋਣ ਦੇ ਚਾਂਸ ਵੀ ਘੱਟ ਹੋਣਗੇ। ਜੀ ਬਿਲਕੁਲ ਬਿਲਕੁਲ, ਇਸ ਤਰੀਕੇ ਹੀ ਫਿਰ ਤੁਸੀਂ ਕਦੋਂ ਮਰਜ਼ੀ ਇਸਤੇਮਾਲ ਕਰੋ, ਇਹ 40 ਦਿਨ ਵਾਸਤੇ ਹੁੰਦਾ ਹੈ, ਇਹਨੂੰ 40 ਦਿਨ ਬਾਅਦ ਅਸੀਂ ਖੋਲ੍ਹਣਾ। 40 ਦਿਨ ਤੋਂ ਪਹਿਲੇ ਨਹੀਂ ਖੋਲ੍ਹਣਾ? 40 ਦਿਨ ਤੋਂ ਪਹਿਲੇ ਨਹੀਂ ਖੋਲ੍ਹਣਾ, 40 ਦਿਨ ਦੇ ਵਿੱਚ ਇਹਨੇ ਤਿਆਰ ਹੋਣਾ। ਅੱਛਾ ਇਹ ਦੱਸੋ, ਮੱਕੀ ਇਹਦੇ ਵਿੱਚ ਸਾਰੀ ਮੱਕੀ ਜਿਹੜੀ ਹੈ ਉਹ ਪਾਈ ਹੈ ਜਾਂ ਵਿੱਚੋਂ ਕੋਈ ਸਿੱਟਾ ਕੱਢਿਆ? ਨਹੀਂ, ਕੁਝ ਸਿੱਟੇ ਕੱਢਿਆ ਵੀ ਹੈਗੀ ਹੈ ਅਤੇ ਕੁਛ ਸਿੱਟੇ ਵਾਲੀ ਵੀ ਹੈ, ਇਹ ਮਿਕਸ ਕੀਤਾ ਗਿਆ ਹੈਗਾ, ਇਹ ਮਿਕਸ ਕਰਦੇ ਫੈਟਿੰਗ ਵਾਸਤੇ ਬਣਾਇਆ ਨਾ, ਅਤੇ ਦੁੱਧ ਵਾਸਤੇ ਜ਼ਰੂਰੀ ਹੈ, ਕਿਤੇ ਦੁੱਧ ਵਾਲੇ ਜਾਨਵਰ ਨੇ ਉਹਨਾਂ ਵਾਸਤੇ ਛੱਲੀ ਨਹੀਂ ਕੱਢਣੀ ਚਾਹੀਦੀ, ਇਹ ਫੈਟਿੰਗ ਵਾਲੇ ਜਾਨਵਰਾਂ ਵਾਸਤੇ ਅਸੀਂ ਫਿਰ ਕੁਛ ਛੱਲੀ ਕੱਢ ਲਈ, ਕੁਛ ਛੱਲੀ ਤੋਂ ਬਗੈਰ ਲੈ ਲਿਆ, ਕੁਛ ਛੱਲੀ ਵਾਲਾ ਲੈ ਲਿਆ। ਨਹੀਂ, ਛੱਲੀ ਕੱਢਣ ਦਾ ਮਕਸਦ ਕੀ, ਕੋਸਟ ਕੰਮ ਕਰਨੀ ਹੈ? ਹਾਂਜੀ ਬਿਲਕੁਲ, ਖਰਚਾ ਘਟਾਉਣਾ ਜੀ, ਬਿਲਕੁਲ ਕੋਸਟ ਕੰਮ ਕਰਨੀ ਹੈ, ਛੱਲੀ ਵਾਲਾ ਸਾਰਾ ਬਣਾਈਏ ਤਾਂ ਉਹ ਜ਼ਿਆਦਾ ਥੋੜ੍ਹਾ ਜਿਹਾ ਮਹਿੰਗਾ ਪੈ ਜਾਂਦਾ, ਇੱਕ ਅੱਧੀ ਛੱਲੀ ਪਾਈ, ਅੱਧਾ ਦੂਸਰਾ ਛੱਲੀ ਤੋਂ ਬਗੈਰ ਪਾਇਆ, ਇਸ ਤਰੀਕੇ 4-5 ਰੁਪਏ ਕਿਲੋ ਪੈਂਦਾ। ਅੱਛਾ ਆਸ਼ਕ ਭਾਈ, ਇਹ ਦੱਸਿਆ ਜੇ ਇਹ ਹੁਣ 4 ਤੋਂ 5 ਫੁੱਟ ਉੱਚਾ ਹੋ ਚੁੱਕਿਆ ਸੈਲੇਜ, ਇਹ ਕਿੰਨੀ ਉੱਚੀ ਦੀਵਾਰ ਜਿਹੜੀ ਸਾਈਡ ਵਾਲੀ? ਇਹ 8 ਫੁੱਟ ਉੱਚੀ ਹੈ ਸੈਲੇਜ, ਸਾਈਡ ਵਾਲੀ ਦੀਵਾਰ 8 ਫੁੱਟ, ਇਹਦੇ 'ਚ ਹੋਰ ਵੀ ਆਉਣਾ ਹਾਲੇ। ਅੱਛਾ, ਇਹ ਕਿੰਨੀਆਂ ਤਹਿਵਾਂ ਲੱਗ ਚੁੱਕੀਆਂ ਨੇ, ਯਾਨੀ ਕਿ ਇਹ 4 ਫੁੱਟ ਸੈਲੇਜ ਇੱਕ ਟਾਈਮ ਤਾਂ ਨਹੀਂ ਇੱਥੇ ਪਾਇਆ ਗਿਆ, ਕਿੰਨੀ ਫੁੱਟ ਦੀ ਤਹਿ ਲਾ ਕੇ ਉੱਤੇ ਲਤਾੜ ਦੇਣੀ ਚਾਹੀਦੀ? ਇਹ 10 ਏਕੜ ਦਾ ਤਕਰੀਬਨ ਤਿਆਰ ਹੋ ਗਿਆ, ਅਤੇ ਇਹਦੇ 'ਚ ਹੋਰ ਵੀ ਆਉਣਾ ਹੈਗਾ, ਇੱਕ ਇੱਕ 2-2 ਏਕੜ ਲਿਆ ਦੇਣਾ, ਕਰਸ਼ ਕਰੀਦਾ, ਫਿਰ ਪ੍ਰੈਸ ਕਰੀਦਾ, ਫਿਰ ਦੁਬਾਰਾ ਲਿਆ ਅਤੇ ਫਿਰ ਆਪਣਾ ਨਾ ਬਣਾਈਦਾ, ਫਿਰ ਪ੍ਰੈਸ ਕਰੀਦਾ। ਆਸ਼ਕ ਬਾਈ ਕਾ ਕਹਿਣਾ ਇਹ ਹੈ ਕਿ ਜਬ 2 ਏਕੜ ਆਤੇ ਹੈ, ਕਰਸ਼ ਕੀਏ ਜਾਤੇ ਹੈ, ਔਰ ਉਸਕੋ ਇਧਰ ਨੀਚੇ ਲਟਾ ਦਿਆ ਜਾਤਾ ਹੈ, ਨੀਚੇ ਪ੍ਰੈਸ ਕੀਆ ਜਾਤਾ ਹੈ, ਜਬ 2 ਏਕੜ ਕੋ ਅੱਛੀ ਤਰ੍ਹਾਂ ਪ੍ਰੈਸ ਕਰ ਲਿਆ ਜਾਤਾ ਹੈ, ਫਿਰ ਦੁਬਾਰਾ 2 ਏਕੜ ਔਰ ਡਾਲੇ ਜਾਤੇ ਹੈ, ਔਰ ਕਰਸ਼ ਕੀਆ ਜਾਤਾ ਹੈ, ਯਾਨੀ ਕਿ ਤੈਅ ਦਰ ਤੈਅ ਇਸਕੋ ਪ੍ਰੈਸ ਕੀਆ ਜਾਤਾ ਹੈ, ਤਾਂ ਕਿ ਇਸਕੇ ਅੰਦਰ ਹਵਾ ਨਾ ਜਾਏ, ਅਗਰ ਇਸਕੇ ਅੰਦਰ ਹਵਾ ਜਾਏਗੀ, ਹਵਾ ਕੀ ਗੁੰਜਾਇਸ਼ ਰਹੇਗੀ, ਤੋ ਇਹ ਖਰਾਬ ਹੋਣੇ ਕੇ ਚਾਂਸਿਸ ਹੋਤੇ ਹੈ, ਇਸਕੋ ਫੰਗਸ ਲੱਗ ਜਾਤੀ ਹੈ, ਬਿਮਾਰੀ ਜਿਸਸੇ ਜਾਨਵਰੋਂ ਕੋ ਬਿਮਾਰੀ ਆਤੀ ਹੈ। ਅੱਛਾ ਆਸ਼ਕ ਭਾਈ, ਇਹ ਦੱਸਿਆ ਜੇ ਇਹ ਜਿਹੜਾ ਹੁਣ ਇਸ ਟਾਈਮ ਤਿਆਰ ਹੋ ਚੁੱਕਿਆ 15 ਏਕੜ ਦਾ? ਹਾਂਜੀ, ਤਕਰੀਬਨ 10 ਏਕੜ ਤੋਂ ਉੱਪਰ ਹੀ ਇਹ, ਅਸੀਂ 25 ਏਕੜ ਦਾ ਬਣਾਉਣਾ। ਅੱਛਾ ਆਸ਼ਕ ਭਾਈ, ਇਹਦੇ 'ਚ ਲੋਕ ਨਮਕ ਵੀ ਕੋਈ ਪਾਉਂਦੇ ਨੇ, ਕੋਈ ਸਪਰੇਅ ਹੁੰਦਾ ਜਿਹੜਾ ਕਰ ਦਿੰਦੇ ਨੇ ਕਿ ਜਲਦੀ ਤਿਆਰ ਹੋ ਜਾਂਦਾ, ਤੁਸੀਂ ਇਹਦੇ 'ਚ ਕੋਈ ਨਮਕ ਕੋਈ ਸਪਰੇਅ ਜਾਂ ਤੁਸੀਂ ਇਹਨੂੰ ਸਾਦਾ ਫਰੈਸ਼ ਤਿਆਰ ਕਰ ਰਹੇ, ਕਿਸ ਤਰੀਕੇ ਕਰ ਰਹੇ? ਇਸ ਨਾ ਗੱਠਾ ਬਣਾਉਂਦੇ ਨੇ ਸੇਲ ਕਰਨ ਵਾਲੇ, ਉਹ ਪਾਉਂਦੇ ਨੇ ਕੋਈ ਕੈਮੀਕਲ ਹੁੰਦਾ ਹੈਗਾ, ਅਤੇ ਉਹ ਫੌਰੀ ਤਿਆਰ ਹੋ ਜਾਂਦਾ ਹੈਗਾ, ਅਸੀਂ ਇਹਦੇ 'ਤੇ ਸਿਰਫ ਨਮਕ ਲਾਵੀਦਾ ਹੈਗਾ, ਅਤੇ ਉੱਪਰ ਲਾਵੀਦਾ ਨਮਕ ਜਾਂ ਨੀਚੇ ਨਮਕ ਲਾਈਦਾ ਹੈ, ਉਹਦੇ ਵਾਸਤੇ ਲਾਈਦਾ ਗੁਜਰਾਸੀ ਮਾਸ। ਅੱਛਾ, ਕਿੰਨਾ ਨਮਕ 1 ਏਕੜ ਨੂੰ ਲੱਗ ਜਾਂਦਾ ਜਾਂ 2 ਏਕੜ ਨੂੰ? ਇੱਕ 2 ਏਕੜ ਨੂੰ ਅਸੀਂ ਨਾ ਇੱਕ ਤੋੜਾ ਲਗਾਈਦਾ, ਇੱਕ ਮਨ ਦਾ ਤੋੜਾ ਹੁੰਦਾ, ਇੱਕ 40 ਕੇਜੀ ਦਾ ਤੋੜਾ ਹੁੰਦਾ ਉਹਨਾਂ ਨੂੰ। ਅੱਛਾ ਆਸ਼ਕ ਭਾਈ, ਇਹ ਦੱਸਿਆ 2 ਏਕੜ ਫਰਜ਼ ਕਰੋ ਤੁਸੀਂ ਮਕਈ ਲਿਆਂਦੀ ਹੈ, ਉਹਨੂੰ ਚੋਪ ਕਰਕੇ ਤੁਸੀਂ ਥੱਲੇ ਲਟਾ ਦਿੱਤਾ, ਮਤਲਬ ਇਹਦੇ ਵਿੱਚ ਉਤਾਰ ਦਿੱਤਾ, ਉਹਦੇ ਉੱਤੇ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ, ਕਿੰਨੀ ਦੇਰ ਤੱਕ 2 ਏਕੜ ਨੂੰ ਪ੍ਰੈਸ ਕਰਨਾ ਹੈ ਟਰੈਕਟਰ? ਕਿੰਨੀ ਦੇਰ ਪ੍ਰੈਸ? 1 ਘੰਟਾ 2 ਘੰਟਾ ਤੁਸੀਂ ਪ੍ਰੈਸ ਕਰਨਾ ਹੈ, ਜਦੋਂ ਪ੍ਰੈਸ ਤੁਹਾਨੂੰ ਪਤਾ ਲੱਗ ਗਿਆ ਪ੍ਰੈਸ ਹੋ ਗਿਆ, ਫਿਰ ਦੁਬਾਰਾ ਉੱਤੇ ਕਰਾ। ਅੱਛਾ, ਕੁਛ ਦੋਸਤ ਨੇ ਉਹਨਾਂ ਕੋਲ ਬੈਂਕਰ ਨਹੀਂ ਹੈਗੇ,
ਉਹ ਬਗੈਰ ਬੈਂਕਰ ਤੋਂ ਵੀ ਬਣਾ ਸਕਦੇ ਨੇ ਜਾਂ ਬੈਂਕਰ ਜ਼ਰੂਰੀ ਹੈ? ਬੈਂਕਰ ਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ? ਬੈਂਕਰ ਕੋਈ ਇੰਨਾ ਜ਼ਰੂਰੀ ਨਹੀਂ ਹੈਗਾ, ਮੈਂ ਤਾਂ ਬੈਂਕਰ ਬਣਾਇਆ ਸੇਫਟੀ ਵਾਸਤੇ, ਲੇਕਿਨ ਕਿਹਦੇ ਕੋਲ ਬੈਂਕਰ ਦੀ ਗੁੰਜਾਇਸ਼ ਨਹੀਂ ਹੈਗੀ, ਉਹ ਧੜ ਲਗਾ ਸਕਦਾ ਕਿਵੇਂ? ਤੂੜੀ ਦੀ ਧੜ ਹੁੰਦੀ ਹੈ ਇਸ ਤਰੀਕੇ, ਤੁਸੀਂ ਕਿਹੜਾ ਨਾ ਇੱਕ ਏਕੜ ਕ੍ਰਸ਼ ਕਰੋ, ਉਹਨੂੰ ਕਿਹੜਾ ਨਾ ਪ੍ਰੈਸ ਕਰੋ, ਫਿਰ ਦੁਬਾਰਾ ਏਕੜ ਕ੍ਰਸ਼ ਕਰੋ, ਉਹ ਧੜ ਬਣ ਜਾਏਗੀ, ਇੱਕ ਧੜ ਟਾਈਪ ਬਣ ਜਾਏਗੀ, ਉੱਪਰ ਛੋਪਰ ਡਾਲ ਦਿਓ, ਉੱਪਰ ਮਿੱਟੀ ਡਾਲ ਦਿਓ, ਉਹ ਵੀ ਬਿਹਤਰੀਨ ਹੈ। ਅੱਛਾ ਆਸ਼ਕ ਭਾਈ, ਇਹ ਦੱਸਿਆ ਜੇ ਤੁਹਾਡੇ ਕੋਲ ਸੈਲੇਜ ਦੀ ਮਸ਼ੀਨ ਬਣੀ ਹੈ ਪਈ ਹੋਈ ਚੌਪ ਕਰਨ ਵਾਸਤੇ, ਇਹਦਾ ਕਿੰਨਾ ਖਰਚਾ ਹੈ ਲੈਂਦਾ ਜਿਹਦੀ ਮਸ਼ੀਨ ਹੈ ਜਾਂ ਆਪਣੀ ਮਸ਼ੀਨ ਹੈ? ਇਹ ਦੱਸਿਆ ਅਲਹਮਦੁਲਿਲਾ ਆਪਣੀ ਬਣਵਾਈ ਇਹ ਮਸ਼ੀਨ, ਅਤੇ ਆਪਣੇ ਠੀਕ ਮੋੜ ਤੋਂ ਬਣਾਉਂਦੇ ਨੇ ਮਜ਼ਦੂਰ ਐਗਰੋ ਵਾਲੇ, ਅਤੇ ਉਹਨਾਂ ਕੋਲੋਂ ਬਣਾਈ ਹੈ ਅਤੇ ਆਪਣੀ ਬਣਾਈ ਮਸ਼ੀਨ। ਇਹਦਾ ਰਿਜ਼ਲਟ ਕੈਸਾ ਜੀ? ਅਲਹਮਦੁਲਿਲਾ ਬਹੁਤ ਜ਼ਬਰਦਸਤ, ਅੱਛੀ ਹੈ। ਕਿੰਨੇ ਵੀ ਆਏ ਨੇ ਸੈਲਜ ਵਾਲੇ ਜੋ ਸੈਲਜ ਸੇਲ ਕਰਦੇ ਨੇ ਉਹਨਾਂ ਕੋਲ ਵੀ ਇਹ ਹੀ ਮਸ਼ੀਨਾਂ ਨੇ, ਅਤੇ ਕੁਛ ਇਸ ਤੋਂ ਵੱਡੀਆਂ ਵੀ ਹੁੰਦੀਆਂ ਨੇ, ਉਹ ਵੀ ਉਹਨਾਂ ਕੋਲ ਆਏ ਨੇ। ਲੇਕਿਨ ਅੱਛਾ ਮਾਸ਼ਾਅੱਲਾ ਆਸ਼ਕ ਭਾਈ, ਤੁਸੀਂ ਆਪਣੀ ਖੁਰਾਕ ਖੁਦ ਤਿਆਰ ਕਰ ਰਹੇ ਜੇ, ਅੱਗੇ ਤੁਸੀਂ ਯੂਰੀਆ ਟ੍ਰੀਟਡ ਤੂੜੀ ਤਿਆਰ ਕੀਤੀ ਹੋਈ ਹੈ, ਉਹ ਵੀ ਜ਼ਰਾ ਮੈਂ ਚਾਹਾਂਗਾ ਕਿ ਮੇਰੇ ਦੇਖਣ ਵਾਲੇ ਨਾਜ਼ਰੀਨ ਨੂੰ ਦਿਖਾ ਦਿੱਤੀ ਜਾਵੇ। ਇਹ ਜੀ ਤੂੜੀ ਪਈ ਹੈ ਜਿਹੜੀ ਯੂਰੀਆ ਟ੍ਰੀਟਡ, ਯੂਰੀਆ ਟ੍ਰੀਟ ਤੂੜੀ ਕਰਕੇ ਇਹਦੇ ਉੱਤੇ ਛਾਪਰ ਡਾਲਿਆ ਗਿਆ, ਅਤੇ ਇਹ ਆਸ਼ਕ ਭਾਈ ਨੂੰ ਪੁੱਛਾਂਗੇ ਇਹ ਕਿਸ ਤਰੀਕੇ ਨਾਲ ਤਿਆਰ ਕੀਤੀ, ਦੱਸਿਆ ਜੀ। ਇਹ ਹੁੰਦਾ ਫਾਰਮੂਲਾ ਯੂਰੀਆ ਟ੍ਰੀਟ ਤੂੜੀ, ਇਹ ਵੀ ਸੈਲਜ ਹੀ ਤਕਰੀਬਨ ਬਣ ਜਾਂਦਾ, ਇਹ ਵੀ ਇੱਕ ਖੁਰਾਕ ਹੈਗੀ, ਇਹਦਾ ਬਹੁਤ ਪ੍ਰੋਟੀਨ ਨਾਲ ਇਜ਼ਾਫਾ ਹੋ ਜਾਂਦਾ, ਜਾਨਵਰ ਜਲਦੀ ਸਪੀਡ ਨਾਲ ਤਿਆਰ ਹੋ ਜਾਂਦਾ। ਇਹ 100 ਕਿਲੋ ਤੂੜੀ ਦੇ ਵਿੱਚ 50 ਕਿਲੋ ਪਾਣੀ ਅਤੇ 4 ਕਿਲੋ ਯੂਰੀਆ। 100 ਕਿਲੋ ਤੂੜੀ ਦੇ ਵਿੱਚ 50 ਕਿਲੋ ਪਾਣੀ ਅਤੇ ਚਾਰ ਕਿਲੋ ਯੂਰੀਆ। ਹਾਂਜੀ, ਇਹ ਮਿਕਸ ਕਰਨਾ, ਮਿਕਸ ਕਰਨਾ ਉਹਦੇ 'ਤੇ ਸਪਰੇ ਕਰਨਾ। ਹਾਂ ਸਪਰੇ, ਉਹ ਵੀ ਇਹ ਸਪਰੇ ਕਰਦੇ, ਫਿਰ ਦੁਬਾਰਾ 100 ਕਿਲੋ ਤੂੜੀ ਪਾਣੀ ਇਸ ਤਰੀਕੇ 'ਤੇ ਇੱਕ ਇੱਕ ਤਹਿ ਲਗਾਉਣੀ, ਉਸ ਤੋਂ ਬਾਅਦ ਕਿੰਨੀ ਤੁਸੀਂ ਬਣਾਉਣੀ ਹੈ, 1 ਏਕੜ ਦੀ ਬਣਾਉਣੀ, 2 ਏਕੜ ਦੀ ਬਣਾਉਣੀ, 3 ਏਕੜ ਦੀ ਉਹਨੀ ਬਣਾ ਦੇ ਤੁਸੀਂ। ਇਹ ਵੀ 30 ਦਿਨ ਵਾਸਤੇ ਤੁਸੀਂ ਡਾਂਪਣਾ, ਇਹ ਵੀ 30 ਦਿਨ ਬਾਅਦ ਖੋਲ੍ਹਣੀ, ਇਹ ਵੀ ਤਿਆਰ ਹੋ ਜਾਏਗੀ। ਅੱਛਾ, ਇਹਨੂੰ ਵੀ 30 ਦਿਨ ਤੋਂ ਪਹਿਲੇ ਖੋਲ੍ਹਣਾ ਨਹੀਂ, ਇਹਦੇ ਉੱਤੇ ਟਰੈਕਟਰ ਤਾਂ ਨਹੀਂ ਚਲਾਉਣਾ, ਪ੍ਰੈਸ ਤਾਂ ਨਹੀਂ ਕਰਨਾ? ਕੋਈ ਜ਼ਰੂਰਤ ਨਹੀਂ ਪ੍ਰੈਸ ਕਰਨ। ਅੱਛਾ ਮਾਸ਼ਾਅੱਲਾ, ਤੁਸੀਂ ਆਸ਼ਕ ਭਾਈ ਆਪਣੀ ਖੁਰਾਕ ਬਣਾ ਰਹੇ ਜੇ, ਸੈਲਜ ਵੀ, ਯੂਰੀਆ ਟ੍ਰੀਟ ਤੂੜੀ ਵੀ, ਵੰਡਾ ਵੀ, ਬਲਕਿ ਵੰਡਾ ਤੁਸੀਂ ਮਾਸ਼ਾਅੱਲਾ ਫਾਰਮਰ ਨੂੰ ਸੇਲ ਵੀ ਕਰ ਰਹੇ ਜੇ, ਔਰ ਉਹਦਾ ਬਹੁਤ ਅੱਛਾ ਰਿਜ਼ਲਟ ਹੈ, ਇਹਦੀ ਵਜ੍ਹਾ ਕੀ ਤੁਸੀਂ ਬਾਜ਼ਾਰੋਂ ਇਹ ਚੀਜ਼ਾਂ ਕਿਉਂ ਨਹੀਂ ਲੈਂਦੇ ਜੀ? ਜੀ ਬਾਜ਼ਾਰੋਂ ਤੁਹਾਨੂੰ ਪਤਾ ਹੈ, ਬਾਜ਼ਾਰ ਦੀਆਂ ਚੀਜ਼ਾਂ ਦਾ ਅਤੇ ਆਪਣੀ ਚੀਜ਼ ਦਾ ਬਹੁਤ ਫਰਕ ਹੈਗਾ, ਅਤੇ ਇਸ ਲਈ ਅਸੀਂ ਆਪਣੀ ਚੀਜ਼ ਬਣਾਈ ਦੀ ਹੈ। ਵੰਡਾ ਵੀ ਅਲਹਮਦੁਲਿਲਾ ਮੇਰਾ ਪੂਰੇ ਪਾਕਿਸਤਾਨ 'ਚ ਜਾਂਦਾ ਪਿਆ, ਫਾਰਮਰ ਤੁਸੀਂ ਵੀ ਲਿਆ, ਤੁਹਾਨੂੰ ਵੀ ਪਤਾ ਤੁਸੀਂ ਵੀ ਲਿਆ, ਅਤੇ ਇਸ ਤਰੀਕੇ ਮੇਰੇ ਪੂਰੇ ਪਾਕਿਸਤਾਨ 'ਚ ਜਾਂਦਾ ਰਿਹਾ ਅਲਹਮਦੁਲਿਲਾ। ਮੇਰਾ ਵੰਡਾ ਬਹੁਤ ਜ਼ਬਰਦਸਤ ਕਾਮਯਾਬ, ਕਿੰਨੇ ਵੀ ਲਿਆ ਉਹਨੇ ਤਾਰੀਫ ਕੀਤੀ। ਇਸ ਤਰੀਕੇ ਇਹਨਾਂ ਦੇ ਵੰਡੇ ਦਾ ਮਾਸ਼ਾਅੱਲਾ ਰਿਜ਼ਲਟ ਬਹੁਤ ਅੱਛਾ ਹੈ, ਕਿਉਂਕਿ ਇਹ ਖਾਲਸ ਬਣਾ ਰਹੇ ਨੇ, ਦੇਸੀ ਅਜਨਾਸ ਆਪ ਹੀ ਮਤਲਬ ਕਾਸ਼ ਕਰਕੇ ਜਾਂ ਜ਼ਿੰਮੀਦਾਰਾਂ ਕੋਲੋਂ ਲੈ ਕੇ ਖਾਲਸ ਚੀਜ਼ਾਂ ਪਾ ਰਹੇ ਨੇ। ਵੰਡੇ ਦਾ ਰਿਜ਼ਲਟ ਬਹੁਤ ਅੱਛਾ, ਉਹਦੀ ਵੀਡੀਓ ਵੀ ਸਾਡੇ ਯੂਟਿਊਬ ਚੈਨਲ 'ਤੇ ਪਈ ਹੈ। ਮੈਂ ਉਮੀਦ ਕਰਨਾ ਕਿ ਜਿਹੜੀ ਅੱਜ ਦੀ ਵੀਡੀਓ ਭਾਈਆਂ ਨੂੰ ਬਹੁਤ ਅੱਛੀ ਲੱਗੇਗੀ। ਮੈਂ ਅੱਗੇ ਥੋੜ੍ਹੀ ਜਿਹੀ ਮਕਈ ਵਗੈਰਾ ਦਿਖਾ ਦਿੰਦਾ, ਜਿਹੜੀਆਂ ਚੀਜ਼ਾਂ ਇਹ ਵੰਡੇ ਵਿੱਚ ਇਸਤੇਮਾਲ ਕਰਦੇ ਨੇ, ਖਾਲਸ ਚੀਜ਼ਾਂ ਇਸਤੇਮਾਲ ਕਰ ਰਹੇ ਨੇ, ਦੇਸੀ ਚੀਜ਼ਾਂ। ਆ ਇਹਨਾਂ ਮਕਈ ਨੂੰ ਖੁਸ਼ ਕਰਨ ਵਾਸਤੇ ਜਗ੍ਹਾ ਬਣਾਈ ਹੋਈ ਹੈ, ਮਕਈ ਖਰੀਦਦੇ ਨੇ ਬਾਹਰੋਂ, ਖਰੀਦਣ ਤੋਂ ਬਾਅਦ ਉਹਨੂੰ ਇੱਥੇ ਫੜ ਬਣਾਇਆ ਹੋਇਆ ਮਕਈ ਨੂੰ ਇੱਥੇ ਸੁਕਾਉਣ ਵਾਸਤੇ, ਇਹ ਪਾਉਂਦੇ ਨੇ ਜਿਸ ਵੇਲੇ ਸੁੱਕ ਜਾਂਦੀ ਹੈ, ਜਿਸ ਵੇਲੇ ਫੀਡ ਪਾਸ ਹੋ ਜਾਂਦੀ ਹੈ ਉਸ ਲਈ ਵੰਡੇ ਵਿੱਚ ਇਸਤੇਮਾਲ ਕਰਦੇ ਨੇ। ਤੁਸੀਂ ਬਾਈ ਦੇਖ ਸਕਦੇ ਜੀ ਮਾਸ਼ਾਅੱਲਾ ਪਿਓਰ ਫੀਡ ਪਾਸ ਮੱਕੀ। ਅੱਛਾ ਜੀ, ਦੱਸਿਆ ਜੀ ਇਹਨੂੰ ਖੁਸ਼ ਕਿਉਂ ਕਰਦੇ ਜੀ, ਇਵੇਂ ਚਲਾ ਦਿਆ ਕਰੋ? ਨਹੀਂ, ਇਵੇਂ ਜਾਨ ਵੰਡਾ ਖਰਾਬ ਹੋ ਜਾਂਦਾ ਹੈਗਾ। ਹਾਂ, ਇਹਨੂੰ ਖੁਸ਼ ਕਰਦੇ ਭਾਵੀ ਦੀ ਵੰਡੇ ਦੇ ਵਿੱਚ, ਅਤੇ ਵੰਡਾ 5-6 ਮਹੀਨੇ ਨਹੀਂ ਖਰਾਬ ਹੁੰਦਾ ਹੈਗਾ। ਇਹਨੂੰ ਇਵੇਂ ਤੁਸੀਂ ਪਾਓ ਤਾਂ ਇੱਕ ਤਾਂ ਵੰਡਾ ਖਰਾਬ ਹੋ ਜਾਂਦਾ, ਫੰਗਸ ਲੱਗ ਜਾਂਦੀ ਵੰਡੇ ਦੇ ਵਿੱਚ, ਇਸ ਤਰੀਕੇ ਨਹੀਂ ਕਰਨਾ ਚਾਹੀਦਾ। ਇਵੇਂ ਤੁਹਾਡਾ ਮੱਕੀ ਦਾ ਵਜ਼ਨ ਧੁੱਪੇ ਘੱਟ ਨਹੀਂ ਜਾਂਦਾ? ਜੀ, ਧੁੱਪੇ ਘੱਟ ਤਾਂ ਜਾਂਦਾ, ਲੇਕਿਨ ਕੁਆਲਿਟੀ ਬਣਦੀ ਹੈ, ਮਿਆਰ ਬਣਦਾ ਇਸ ਤਰੀਕੇ ਹੈਗਾ। ਗਿੱਲੀ ਅਸੀਂ ਪਾ ਦਈਏ, ਅਸੀਂ ਆਪਣਾ ਇੱਕ ਮਿਆਰ ਰੱਖਿਆ ਵੰਡੇ ਦਾ। ਅੱਛਾ, ਇੱਕ ਮਿਆਰ ਰੱਖਿਆ। ਆਸ਼ਕ ਬਾਈ, ਇਹ ਦੱਸਿਆ ਜਿਹੜਾ ਤੁਸੀਂ ਵੰਡਾ ਸੇਲ ਕਰ ਰਹੇ ਜੀ, ਉਹਦਾ ਰੇਟ ਕੀ ਗੋਸ਼ਤ ਵਾਲੇ ਦਾ? ਜੀ, ਇਸ ਟਾਈਮ ਰੇਟ ਹਰ ਚੀਜ਼ ਦੇ ਡਬਲ ਹੋ ਗਏ ਨੇ। ਪਹਿਲੇ ਅਸੀਂ 2200 ਦਾ ਸੇਲ ਕਰ ਰਹੇ ਸੀ, ਹੁਣ 2300 ਰੁਪਏ ਰੇਟ ਹੋਇਆ। ਹਾਂਜੀ।
ਅਗਰ ਕੋਈ ਬਾਈ ਵੰਡਾ ਲੈਣਾ ਚਾਹੇ ਉਹ ਆਸ਼ਕ ਬਾਈ ਨਾਲ ਰਾਬਤਾ ਕਰ ਸਕਦਾ ਹੈ, ਇਨਸ਼ਾਅੱਲਾ ਅੱਛਾ ਮਿਆਰੀ ਵੰਡਾ ਤੁਹਾਨੂੰ ਮਿਲੇਗਾ। ਮੈਂ ਉਮੀਦ ਕਰਨਾ ਅੱਜ ਦੀ ਵੀਡੀਓ ਬਹੁਤ ਇਨਫੋਰਮੇਟਿਵ ਔਰ ਮਾਲੂਮਾਤੀ ਸੀ, ਅਤੇ ਆਸ਼ਕ ਬਾਈ ਦਾ ਨੰਬਰ ਇਹਨਾਂ ਕੋਲ ਲਵਾਂਗੇ ਅਤੇ ਫਿਰ ਇਹਨਾਂ ਕੋਲ ਇਜਾਜ਼ਤ ਚਾਹਾਂਗੇ। ਜੀ 0369707025। ਨਹੀਂ ਜੀ, ਆਜ ਕੇ ਲਈ ਇਤਨਾ ਹੀ। ਆਪਣੇ ਮੇਜ਼ਬਾਨ ਇਨਾਮ ਅਨਸਾਰੀ ਕੋ ਦੀਜੀਏਗਾ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ, ਦੁਆਓਂ ਮੇਂ ਯਾਦ ਰੱਖੀਏਗਾ। ਅੱਲਾ ਨਿਗਹਬਾਨ।